ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਹੋਪਸੋ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਅੱਜ ਹੈਗਾ ਮੰਗਲਵਾਰ ਦਾ ਦਿਨ, ਅਤੇ ਹਨੂੰਮਾਨ ਜੀ ਦਾ ਦਿਨ ਆ ਅੱਜ, ਬਾਲਾ ਜੀ ਦਾ। ਅਤੇ ਅਸੀਂ ਹਨੂੰਮਾਨ ਮੰਦਿਰ ਜਾਂਦੇ ਹੁੰਦੇ ਹਾਂਗੇ, ਅਸੀਂ ਕੋਸ਼ਿਸ਼ ਸਾਡੀ ਇਹੀ ਰਹਿੰਦੀ ਆ ਵੀ ਕੋਈ ਵੀ ਜਿਹੜਾ ਮੰਗਲਵਾਰ ਅਸੀਂ ਨਾ ਛੱਡੀਏ। ਅਤੇ ਅੱਜ ਅਸੀਂ ਮੱਥਾ ਟੇਕਣ ਜਾ ਰਹੇ ਹਾਂ, ਅਤੇ ਚਲੋ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ। ਹਾਂਜੀ, ਅਤੇ ਅਸੀਂ ਘਰੋਂ ਤੁਰ ਪਏ ਸੀਗੇ ਧਨੌਲੇ ਵੱਲ ਨੂੰ। ਪਿੰਡ ਧਨੌਲਾ ਨੇੜੇ ਪੈ ਜਾਂਦਾ ਸਾਡੇ ਪਿੰਡ ਦੇ, ਜ਼ਿਆਦਾ ਦੂਰ ਤਾਂ ਹੈ ਨੀਗਾ। ਅਤੇ ਬਸ ਆਪਾਂ ਪਿੰਡ ਧਨੌਲੇ ਪਹੁੰਚ ਗਏ ਸੀਗੇ। ਅਤੇ ਇੱਥੇ ਨਾ ਜਿਵੇਂ ਜਿਹੜੇ ਲੱਕੜ ਦੇ ਟੋਇਜ਼ ਹੁੰਦੇ ਨੇ, ਆਹ ਦੇਖੋ ਤੁਸੀਂ ਦੇਖ ਸਕਦੇ ਹੋ, ਟਰੈਕਟਰ, ਟਰੱਕ, ਟਰਾਲੀਆਂ, ਇੱਦਾਂ ਦੀਆਂ ਚੀਜ਼ਾਂ ਇੱਥੇ ਬਹੁਤ ਬਣਦੀਆਂ ਨੇਗੀਆਂ। ਅਤੇ ਹੁਨਰ ਵੈਸੇ ਸੁੱਤਾ ਪਿਆ ਸੀ, ਜੇ ਜਾਗਦਾ ਹੁੰਦਾ ਤਾਂ ਇਹਨੇ ਤਾਂ ਦੇਖ ਕੇ ਹੀ ਖਮਲਾ ਹੋ ਜਾਣਾ ਸੀ ਵੀ ਏਡੇ ਟਰੈਕਟਰ ਐਵੇਂ ਰੱਖੇ ਪਏ ਨੇ, ਹੈ ਨਾ। ਇਹਨੂੰ ਬਾਹਲਾ ਰਹਿੰਦਾ ਟਰੈਕਟਰਾਂ ਦਾ, ਅਤੇ ਇੱਥੇ ਬਹੁਤ ਮੰਨਦੇ ਨੇਗੇ ਟਰੈਕਟਰ ਵਗੈਰਾ। ਅਤੇ ਬਸ ਆਪਾਂ ਹੁਣ ਜਿਹੜਾ ਧਨੌਲਾ ਪਿੰਡ ਆ ਉਹ ਪਾਰ ਕਰਕੇ, ਮਤਲਬ ਬਾਜ਼ਾਰ ਵਗੈਰਾ ਪਾਰ ਕਰਨ ਤੋਂ ਬਾਅਦ ਪੁਲ ਦੇ ਹੇਠੋਂ ਦੀ ਲੰਘ ਕੇ ਨਾ ਫਿਰ ਆਪਣਾ ਜਿਹੜਾ ਬਾਲਾ ਜੀ ਦਾ ਮੰਦਿਰ ਹੈਗਾ ਉਹ ਆਉਂਦਾ ਹੈਗਾ। ਅਤੇ ਬਸ ਆਪਾਂ ਚੱਲ ਪਏ ਸੀਗੇ ਬਾਲਾ ਜੀ ਦੇ ਮੰਦਿਰ ਦੇ ਵੱਲ ਨੂੰ। ਅਸੀਂ ਸਾਡੀ ਬਹੁਤ ਕੋਸ਼ਿਸ਼ ਰਹਿੰਦੀ ਹੋਈ ਅਸੀਂ ਜਾਇਆ ਕਰੀਏ, ਪਰ ਕਈ ਵਾਰ ਹੋ ਜਾਂਦਾ ਨਾ, ਯੂਨੋ, ਹੈ ਨਾ, ਫੈਮਲੀ ਰੀਜ਼ਨਸ ਹੋ ਜਾਂਦੇ ਨੇ, ਘਰ ਕੰਮ ਕੁੰਮ ਪੈ ਜਾਂਦਾ, ਕਈ ਵਾਰ ਇਹਨਾਂ ਦਾ ਵੀ ਟਾਈਮ ਨਹੀਂ ਲੱਗਦਾ, ਵੀ ਅੜਚਣ ਪੈ ਹੀ ਜਾਂਦੀ ਆ। ਪਰ ਕਈ ਵਾਰ ਮਨ 'ਚ ਇੰਨੀ ਖਿੱਚ ਪੈਂਦੀ ਆ ਵੀ ਜੇ ਅੱਜ ਜਾਣਾ ਤਾਂ ਜਾਣਾ ਹੀ ਆ, ਜਿਵੇਂ ਨਾ ਪਰਮਾਤਮਾ ਕਹਿ ਲਈ ਜਾਂ ਰੱਬ ਕਹਿ ਲਈਏ, ਹੈ ਨਾ, ਵੀ ਆਪਾਂ ਨੂੰ ਆਪ ਬੁਲਾਉਂਦਾ ਹੋਵੇ। ਅਤੇ ਕਈ ਵਾਰ ਅੜਚਣਾਂ ਇਹੋ ਜਿਹੀਆਂ ਪੈਂਦੀਆਂ ਨੇ ਜਿਵੇਂ ਰੱਬ ਹੀ ਆਪਣੇ ਤੋਂ ਰੁੱਸਿਆ ਹੁੰਦਾ ਗਾ, ਹੈ ਨਾ, ਵੀ ਤੁਸੀਂ ਆਉਂਦੇ ਨਹੀਂ ਕਰਕੇ, ਅਤੇ ਵੀ ਠੀਕ ਹੈ ਮੈਂ ਤੁਹਾਨੂੰ ਵੀ ਠੀਕ ਹੈ ਨਾ ਆਓ, ਇੱਦਾਂ ਕਰਕੇ ਕਈ ਵਾਰ ਐਂ ਲੱਗਦਾ ਜਿਵੇਂ ਰੱਬ ਹੀ ਆਪਣੇ ਤੋਂ ਰੁੱਸ ਗਿਆ ਹੁੰਦਾ, ਵੀ ਆਪਣਾ ਟਾਈਮ ਵੀ ਨਹੀਂ ਲੱਗਦਾ ਜਾਣਾ। ਅਤੇ ਦੇਖੋ ਅੱਜ ਲਾਈਨ ਕਿੱਡੀ ਲੰਬੀ ਲੱਗੀ ਹੋਈ ਸੀ, ਬਹੁਤ ਜ਼ਿਆਦਾ ਭੀੜ ਸੀਗੀ ਇੱਥੇ, ਬਹੁਤ ਜ਼ਿਆਦਾ। ਅਤੇ ਬੱਚੇ ਕਰਕੇ ਅਸੀਂ ਤਾਂ ਅੱਗੋਂ ਦੀ ਲੰਘ ਗਏ ਸੀਗੇ, ਬੱਚੇ ਕਰਕੇ ਲੰਘਣ ਦਿੱਤਾ ਸੀਗਾ। ਅਤੇ ਇੱਦਾਂ ਵੀ ਬਹੁਤ ਵਧੀਆ ਨੇ, ਹੈ ਨਾ, ਜਿੰਨਾਂ ਕੋਲ ਬੀਬੀ ਹੁੰਦਾ ਗਾ ਜਾਂ ਕੁਛ ਵੀ, ਅਗਰ ਬਜ਼ੁਰਗ ਹੁੰਦੇ ਨੇ ਤਾਂ ਉਹਨਾਂ ਨੂੰ ਮੂਹਰੇ ਨਗਾ ਦਿੰਦੇ ਨੇ। ਅਤੇ ਇੱਧਰ ਮੱਥਾ ਅਸੀਂ ਟੇਕ ਲਿਆ ਸੀਗਾ, ਮੱਥਾ ਵਗੈਰਾ ਟੇਕ ਕੇ ਪ੍ਰਸ਼ਾਦ ਲੈ ਕੇ, ਅਤੇ ਇੱਧਰ ਵੀ ਮੱਥਾ ਟੇਕਦੇ ਹੁੰਦੇ ਹੈਗੇ। ਅਤੇ ਬਸ ਫਿਰ ਅਸੀਂ ਮੱਥਾ ਵਗੈਰਾ ਟੇਕ ਕੇ ਅਸੀਂ ਵਾਪਸ ਜਿਹੜੇ ਘਰ ਨੂੰ ਤੁਰ ਪਏ ਸੀ। ਅਸੀਂ ਬੈਠੇ ਨਹੀਂ ਹੈਗੇ ਕਿਉਂਕਿ ਇਹਨਾਂ ਨੇ ਦੁਕਾਨ 'ਤੇ ਜਾਣਾ ਹੁੰਦਾ, ਪਰ ਕਈ ਵਾਰ ਇੱਦਾਂ ਹੁੰਦਾ ਅਸੀਂ ਬੈਠ ਵੀ ਜਾਂਦੇ ਹਾਂ। ਅਤੇ ਇਹ ਬਹੁਤ ਮੰਨਦੇ ਨੇ, ਮੈਂ ਪਹਿਲਾਂ ਕਦੇ ਵੀ ਮਤਲਬ ਕਿ ਨਹੀਂ ਗਈ ਸੀਗੀ ਵਿਆਹ ਤੋਂ ਪਹਿਲਾਂ, ਪਰ ਇਹ ਬਹੁਤ ਮੰਨਦੇ ਨੇ, ਇਹਨਾਂ ਦਾ ਕਹਿੰਦੇ ਵਿਸ਼ਵਾਸ ਵਾਲਾ ਗਾ ਬਾਲਾ ਜੀ ਦੇ ਨਾਲ, ਤਾਂ ਕਰਕੇ ਮੇਰੇ ਮਨ 'ਚ ਵੀ ਵਿਸ਼ਵਾਸ ਆ ਜਿਹੜਾ ਇਹਨਾਂ ਦੇ ਪ੍ਰਤੀ ਪੈਦਾ ਹੋ ਗਿਆ। ਦੇਖ ਸਕਦੇ ਤੁਸੀਂ ਕਿਵੇਂ ਮੋਟਰਸਾਈਕਲ, ਕਾਰਾਂ, ਗੱਡੀਆਂ ਲੱਗੀਆਂ ਹੋਈਆਂ ਨੇਗੀਆਂ। ਅਤੇ ਤੁਹਾਨੂੰ ਕਿਵੇਂ ਲੱਗਿਆ ਮੇਰਾ ਇਹ ਛੋਟਾ ਜਿਹਾ ਵਲੌਗ, ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।